ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਹੁਣ ਸ਼ਬਦ ਹੈ ਜੀ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ। ਇਸ ਨੂੰ ਗਾਇਨ ਕੀਤਾ ਹੈ ਭਾਈ ਨਿਰਮਲ ਸਿੰਘ ਨਾਗਪੁਰੀ ਜੀ ਨੇ, ਅਤੇ ਤਾਲ ਕੈਰਵਾ 8 ਮਾਤਰਾ। ਅਤੇ ਇਸਨੂੰ ਪਹਿਲੇ ਅਸੀਂ ਮੇਲ ਸਕੇਲ 'ਤੇ ਦੇਖਾਂਗੇ, ਫਿਰ ਕੁਛ ਮਿੰਟਾਂ ਬਾਅਦ ਫੀਮੇਲ ਸਕੇਲ 'ਤੇ ਦੇਖਾਂਗੇ ਜੀ। ਅਤੇ ਆਓ ਕਰੋ ਕਿਰਪਾ, ਇਸਨੂੰ ਪਾਰਟ ਬਾਈ ਪਾਰਟ ਗਾਇਨ ਕਰਕੇ ਫਿਰ ਇਸਨੂੰ ਅਸੀਂ ਥੋੜ੍ਹਾ ਜਿਹਾ ਘੱਟ ਸਪੀਡ 'ਤੇ ਸੁਰਾਂ ਨੂੰ ਦੇਖਾਂਗੇ। ਇਸ ਦੀਆਂ ਸੁਰਾਂ ਡਾਊਨ ਕੀਤੇ ਹਨ ਕਿਉਂਕਿ ਭਾਈ ਸਾਹਿਬ ਜੀ ਨੇ ਥੋੜ੍ਹਾ ਉੱਚੀਆਂ ਸੁਰ ਤੱਕ ਗਾਇਆ ਹੈ, ਜੋ ਕਿ ਆਪਣੇ ਗੁਰੂ ਪਿਆਰੇ ਜੋ ਗਰੁੱਪ ਵਿੱਚ ਹਨ ਜਾਂ ਯੂਟਿਊਬ 'ਤੇ ਹਨ, ਉਹਨਾਂ ਨੂੰ ਇੰਨਾ ਉੱਚਾ ਨਹੀਂ ਗਾਇਆ ਜਾਂਦਾ। ਸੋ ਇਸ ਨੂੰ ਅਸੀਂ ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ, ਠੀਕ ਹੈ। ਤੇਰਾ ਭਰੋਸਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ, ਮੈਂ ਲਾਡ ਲੜਾਇਆ, ਪੂਲੇ ਚੁਕੇ ਬਾਰਕ, ਪੂਲੇ ਚੁਕੇ ਬਾਰਕ ਬਾਰਕ। ਉਸ ਤੋਂ ਬਾਅਦ ਤੂੰ ਹਰ ਪਿਤਾ ਮਾਇਆ, ਤੂੰ ਹਰ ਪਿਤਾ ਮਾਇਆ ਮਾਇਆ। ਫਿਰ ਉਸ ਤੋਂ ਬਾਅਦ ਮੈਂ ਲਾਡ ਲੜਾਇਆ, ਮੈਂ ਲਾਡ ਲੜਾਇਆ। ਫਿਰ ਸਥਾਈ ਪੂਰੀ ਬੋਲਣੀ ਹੈ, ਫਿਰ ਉਸ ਤੋਂ ਬਾਅਦ ਦੇਖਾਂਗੇ ਅਸੀਂ ਅੰਦਰ। ਸੁਹੇਲਾ ਕਹਨ ਕਹਾਵਨ ਤੇਰਾ ਬਿਕਰਮ ਪਾਵਨ, ਪਹਿਲੇ ਸੁਣ ਦੇਖ। ਸੁਹੇਲਾ ਕਹਨ ਕਹਾਵਨ ਤੇਰਾ ਬਿਕਰਮ ਪਾਵਨ ਪਾਵਨ। ਫਿਰ ਉਸਨੂੰ ਇੱਕ ਵਾਰ ਇੱਦਾਂ ਵੀ ਬੋਲਣਾ ਹੈ, ਪਾਵਨ, ਠੀਕ ਹੈ ਜੀ। ਇਸ ਤੋਂ ਬਾਅਦ ਫਿਰ ਭੂਲੇ ਚੂਕੇ ਬਾਰਕ ਤੂੰ ਹਰ ਪਿਤਾ ਮਾਇਆ, ਭੂਲੇ ਚੂਕੇ ਬਾਰਕ ਤੂੰ ਹਰ ਪਿਤਾ ਮਾਇਆ, ਤੇਰਾ
ਭਰੋਸੇ ਪਿਆਰੇ। ਠੀਕ ਹੈ ਜੀ, ਇੱਥੇ ਫਿਰ ਟਿਊਟੋਰੀਅਲ ਦੀ ਸਮਾਪਤੀ ਹੁੰਦੀ ਹੈ ਜੀ। ਹੁਣ ਅਸੀਂ ਦੇਖਾਂਗੇ ਬੀਬੀਆਂ ਦੇ ਫੀਮੇਲ ਸਕੇਲ 'ਤੇ ਇਸ ਸ਼ਬਦ ਨੂੰ। ਹਾਂ ਜੀ, ਹੁਣ ਦੇਖਦੇ ਹਾਂ। ਤੇਰੇ ਭਰੋਸੇ ਪਿਆਰੇ ਗਾ ਸਕਦੇ ਹਾਂ, ਨਹੀਂ ਤੇ ਫਿਰ ਬੇਖਮ ਪਾਵਨ ਫਿਰ ਦੂਸਰੀ ਵਾਰ ਉਹਨੇ ਬੋਲਿਆ ਪਾਵਨ ਚੁੱਕ ਬਾਰਕ ਸਤਾਈ ਤੂੰ ਹਰ ਪਿਤਾ ਮਾਇਆ ਤੇਰਾ। ਠੀਕ ਹੈ ਜੀ, ਇੱਥੇ ਫਿਰ ਟੁਟਲ ਦੀ ਸਮਾਪਤੀ ਹੁੰਦੀ ਹੈ ਜੀ। ਦਿਓ ਸੱਜਣਾ ਸੀ ਸੜੀਆਂ ਜੋ ਸਾਹਿਬ ਸਮੇਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।